ते पूरे कदे किसे नु अधूरे नहीं रहन दंदे गज के आखो सतनाम साधु हुंदे नियारे ने जग नाल साधु हो जन जिस ते ध्यान पूरे जी दुध पुत ते पद्मणी नार देंदे जी ओ बहुत अच्छे भाई फेर ओ संत डुबदे आंदे बेड़े तार दिंदे ओ साधु डुबदे आंदे बेड़े तार दिंदे
ਅਸੀਂ ਸਮਾਗਮ ਵਿੱਚ ਨਤਮਸਤਕ ਹੁੰਦਿਆਂ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਿਆਂ ਬੜੀ ਹੀ ਪਿਆਰ ਅਤੇ ਭਾਵਨਾ ਦੀ ਲਗਨ ਦੇ ਨਾਲ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਸਰਬੱਤ ਮਾਈ ਭਾਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਵਿੱਚ ਸਾਰੀ ਸੰਗਤ ਕਿਰਪਾ ਕਰੋ ਬਖਸ਼ਿਸ਼ ਕਰੋ ਦੋ ਵਾਰ ਵਾਹਿਗੁਰੂ ਸ਼ਬਦ ਦਾ ਉਚਾਰਨ ਵੀ ਹੋਵੇਗਾ ਅਤੇ ਨਾਲ ਜਿਹੜਾ ਸਤਿਗੁਰਾਂ ਨੇ ਸਿਮਰਨ ਸਾਡੀ ਝੋਲੀ ਵਿੱਚ ਪਾਇਆ ਉਹ ਸਿਮਰਨ ਨੂੰ ਸਾਰੇ ਇੱਕ ਵਾਰ ਜਪ ਲਈਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਅਤੇ ਫਤਿਹ ਬੁਲਾਉਣੀ ਚਾਹੀਦੀ ਆ ਗੱਜ ਕੇ ਹੁਣ ਸਾਰੇ ਕਿਰਪਾ ਕਰਿਓ ਸਮਾਂ ਆਪ ਜੀ ਨੇ ਸਰਵਣ ਕਰ ਲਿਆ ਕੇਵਲ ਇੱਕ ਘੰਟੇ ਵਾਸਤੇ ਤੁਹਾਡੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਖੜ੍ਹੇ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੋਹਣਿਆਂ ਤਖਤਾਂ ਉੱਤੇ ਸੁਭਾਏ ਮਾਨ ਜਿਨ੍ਹਾਂ ਦੀ ਵਡਿਆਈ ਕਰਦਿਆਂ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਸਾਗਰ ਸੁੱਕ ਜਾਂਦੇ ਗਰਮੀ ਜਦ ਪਵੇ ਬਹੁਤੀ ਐ ਪਰ ਬਾਣੀ ਦਾ ਸਾਗਰਾ ਸੁੱਕਦਾ ਨਹੀਂ ਚੰਨ ਚੜ੍ਹਦਿਆਂ ਚੜ੍ਹਦਿਆਂ ਛਿਪ ਜਾਂਦੇ ਆ ਪਰ ਬਾਣੀ ਦਾ ਚਾਨਣਾ ਛਿਪਦਾ ਨਹੀਂ ਲੱਖਾਂ ਦੌਲਤ ਖਜ਼ਾਨੇ ਨੇ ਮੁੱਕ ਜਾਂਦੇ ਪਰ ਬਾਣੀ ਰੂਪ ਭੰਡਾਰ ਦਾ ਮੁੱਕਦਾ ਨਹੀਂ ਮਨੋ ਕਾਮਨਾ ਪੂਰੀਆਂ ਹੋਣ ਸਭੇ ਬਾਣੀ ਪੜ੍ਹਦਿਆਂ ਪਾਪ ਨੇੜੇ ਢੁੱਕਦਾ ਨਹੀਂ ਆਓ ਸਾਰੇ ਇੱਕ ਵਾਰ ਸਿਮਰਨ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੰਗਣਾ ਦੀ ਜਾਚ ਹੋਣੀ ਚਾਹੀਦੀ ਹੈ ਤੇ ਜਦੋਂ ਬੰਦਾ ਮੰਗਦਾ ਨਾ ਗੁਰੂ ਕੋਲੋਂ ਫਿਰ ਉਹਦੀ ਝੋਲੀ ਵਿੱਚ ਕੁਝ ਨਾ ਕੁਝ ਪੈਂਦਾ ਜ਼ਰੂਰ ਹੈ ਆਨੰਦਪੁਰ ਸਾਹਿਬ ਆਪਣਾ ਧਿਆਨ ਲੈ ਜਾਓ ਦਰਬਾਰ ਸਜਿਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸੋਹਣੇ ਤਖਤ ਉੱਤੇ ਬੈਠੇ ਦਸਵੇਂ ਬਾਪੂ ਸਾਹਮਣੇ ਲਾਈਨ ਵਿੱਚ ਆ ਰਹੀ ਆ ਸੰਗਤ ਮੱਥਾ ਟੇਕਣ ਵਾਸਤੇ ਗੱਲ ਸ਼ੁਰੂ ਹੋ ਗਈ ਹੈ ਜਿੰਨਾ ਕੁ ਟਾਈਮ ਉਹਦੇ ਵਿੱਚ ਮੈਂ ਗੱਲ ਉਸੇ ਮਰਦ ਦੀ ਉਸੇ ਸੂਰਬੀਰ ਦੀ ਕਰਕੇ ਤੁਹਾਥੋਂ ਖਿਮਾ ਮੰਗਣੀ ਹੈ ਸੰਗਤ ਆ ਰਹੀ ਹੈ ਮੱਥਾ ਟੇਕਣ ਵਾਸਤੇ ਮਹਾਰਾਜ ਜੀ ਬੈਠੇ ਆ ਸੋਹਣੇ ਤਖਤ ਉੱਤੇ ਕਿਸੇ ਨੇ ਵੇਖਿਆ ਦਸਤੇ ਮੁਬਾਰਕ ਉੱਤੇ ਬਾਜ ਬੈਠਾ ਹੈ ਕਿਸੇ ਨੇ ਵੇਖਿਆ ਸੋਨੇ ਦੀ ਮੁੱਠ ਵਾਲੀ ਸ੍ਰੀ ਸਾਹਿਬ ਸਤਿਗੁਰਾਂ ਦੇ ਕੋਲ ਹੈ ਕਿਸੇ ਨੇ ਵੇਖਿਆ ਮੋਢੇ ਤੇ ਕਮਾਨ ਪਾਈ ਹੋਈ ਹੈ ਕਿਸੇ ਨੇ ਵੇਖਿਆ 2.5 ਲੱਖ ਰੁਪਏ ਦੀ ਚਾਨਣੀ ਲੱਗੀ ਹੈ ਚੰਡੋਆ ਸਾਹਿਬ ਸਜਿਆ ਹੋਇਆ ਹੈ ਕਿਸੇ ਨੇ ਵੇਖਿਆ ਸੱਚੇ ਪਾਤਸ਼ਾਹ ਕੋਲ 5 ਕਲਾ ਸ਼ਸਤਰ ਹੈ ਕਿਸੇ ਨੇ ਇਹ ਵੇਖਿਆ ਕਿ ਸੁੰਡ ਵਿੱਚ ਆਪਣੇ ਹਾਥੀ ਪ੍ਰਸਾਦੀ ਉਹ ਚੌਰ ਪਕੜ ਕੇ ਤੇ ਗੁਰੂ ਦੇ ਪਾਵਨ ਸੀਸ ਉੱਤੇ ਚੌਰ ਕਰ ਰਿਹਾ ਕਿਸੇ ਨੇ ਵੇਖਿਆ ਕਿ ਦਰਬਾਰ ਸਜਿਆ ਹੋਇਆ ਚਾਰ ਚਫੇਰੇ ਗਹਿਮਾ ਗਹਿਮ ਕਿਸੇ ਨੇ ਵੇਖਿਆ ਚਾਰੇ ਸਾਹਿਬਜ਼ਾਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ 2 ਖੱਬੇ ਤੇ 2 ਸੱਜੇ ਖੜੇ ਨੇ ਸਾਰੀ ਸੰਗਤ ਦਰਸ਼ਨ ਦੀਦਾਰ ਕਰ ਰਹੀ ਹੈ ਪਰ ਉਸ ਵੇਲੇ 1 ਭਾਗਾਂ ਵਾਲਾ ਜੋੜਾ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋਇਆ ਤੇ ਸਾਹਮਣੇ ਖਲੋ ਕੇ ਐਨ ਨੈਣਾਂ ਨਾਲ ਨੈਣ ਟਕਰਾਏ ਦੁਨੀਆਂ ਨੇ ਬਹੁਤ ਕੁਝ ਵੇਖਿਆ ਪਰ ਉਹਨਾਂ ਦੋਨਾਂ ਜੀਆਂ ਨੇ ਕਲਗੀ ਵਾਲਾ ਬਾਪੂ ਵੇਖਿਆ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ ਕਈ ਵਾਰੀ ਅਸੀਂ ਚਮਕ ਦਮਕ ਤੇ ਹੀ ਡੁੱਲ ਜਾਂਦੇ ਹਾਂ ਕਈ ਵਾਰੀ ਅਸੀਂ ਹੋਰ ਪਾਸੇ ਧਿਆਨ ਜੋੜ ਲੈਂਦੇ ਹਾਂ ਜੋ ਵੇਖਣਾ ਨਾ ਉਹ ਵੇਖਿਆ ਹੀ ਨਹੀਂ ਤੇ ਉਹਨਾਂ ਦੋਨਾਂ ਜੀਆਂ ਨੇ ਭਾਈ ਬਦਰ ਸਿੰਘ ਤੇ ਉਹਦੀ ਘਰ ਵਾਲੀ ਇਹ ਲਾਹੌਰ ਦੇ ਲਾਗੋਂ ਪਿੰਡ ਆਲੂ ਤੋਂ ਚੱਲ ਕੇ ਆਏ ਹੈ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅੰਦਰੋਂ ਵੇਖਿਆ ਨੈਣਾਂ ਵਿੱਚੋਂ ਡੁੱਲ ਡੁੱਲ ਕੇ ਪੈਂਦੀ ਹੋਈ ਮਸਤੀ ਚੌੜਾ ਜਿਹਾ ਮੱਥਾ ਮੋਟੇ ਮੋਟੇ ਨੈਣ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦਰਸ਼ਨ ਦੀਦਾਰੇ ਕਰਕੇ ਮਨ ਨਿਹਾਲ ਨਿਹਾਲ ਹੋ ਗਿਆ ਨਿਹਾਲ ਹੋ ਸਕਦਾ ਹੈ ਸਤਿਗੁਰੂ ਜੀ ਆਪ ਕਹਿੰਦੇ ਨੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਜਦੋਂ ਸਾਹਮਣੇ ਗੁਰੂ ਦੇ ਦਰਸ਼ਨ ਦੀਦਾਰੇ ਹੋ ਜਾਣ ਤੇ ਫਿਰ ਸਿੱਖ ਦਾ ਤਨ ਮਨ ਨਿਹਾਲ ਹੋ ਜਾਂਦਾ ਤੇ ਦੋਨਾਂ ਜੀਆਂ ਦੇ ਸਾਹਮਣੇ ਖਲੋ ਕੇ ਦਰਸ਼ਨ ਦੀਦਾਰ ਕੀਤੇ ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਮੁਸਕਰਾ ਕੇ ਗੁਲਾਬੀ ਬੁੱਲੀਆਂ ਵਿੱਚੋਂ ਮੇਰੇ ਹਜ਼ੂਰ ਕਹਿਣ ਲੱਗੇ ਗੁਰਸਿੱਖੋ ਕਿੱਥੋਂ ਆਏ ਹੋ ਬੜੀ ਰੀਝ ਨਾਲ ਤੱਕ ਰਹੇ ਹੋ ਬੜੀ ਭਾਵਨਾ ਨਾਲ ਤੱਕ ਰਹੇ ਹੋ ਇੰਝ ਲੱਗਦਾ ਕੋਈ ਮਨ ਵਿੱਚ ਤੁਹਾਡੇ ਵੱਡੀ ਭਾਵਨਾ ਹੈ ਦੱਸੋ ਤਾਂ ਸਹੀ ਤੇ ਦੋਨੇ ਜੀ ਸਾਹਮਣੇ ਖਲੋਤੇ ਹੈ ਤੇ ਇੱਕ ਗੱਲ ਯਾਦ ਰੱਖੋ ਜਦੋਂ ਕੋਈ ਕਿਸੇ ਨੂੰ ਦੁੱਖ ਪੁੱਛੇ ਜਦੋਂ ਕੋਈ ਅੰਦਰ ਦੀ ਭਾਵਨਾ ਸਮਝ ਲਵੇ ਤੇ ਮਨੁੱਖ ਦਾ ਦਰਦ ਦੂਣਾ ਹੋ ਕੇ ਉਛਲਦਾ ਜਦੋਂ ਸਤਿਗੁਰਾਂ ਨੇ ਇਹ ਗੱਲ ਆਖੀ ਨਾ ਤੁਹਾਡੇ ਅੰਦਰ ਕੋਈ ਵੱਡੀ ਭਾਵਨਾ ਹੈ ਕੀ ਮੰਗਣ ਵਾਸਤੇ ਆਏ ਹੋ ਕੀ ਲੈਣ ਵਾਸਤੇ ਆਏ ਹੋ ਜਿਹੜਾ ਦੱਸੋ ਤਾਂ ਸਹੀ ਦੋਨਾਂ ਦੇ ਅੰਦਰ ਦਾ ਦਰਦ ਜਿਹੜਾ ਉਹ ਅੱਖਾਂ ਰਾਹੀਂ ਬਾਹਰ ਆ ਗਿਆ ਮੋਟੇ ਮੋਟੇ ਹੰਝੂ ਭਾਈ ਬਦਰ ਸਿੰਘ ਦੀ ਅੱਖਾਂ ਵਿੱਚ ਆਏ ਉਹਦੀ ਘਰ ਵਾਲੀ ਉਹਦੀਆਂ ਵੀ ਅੱਖਾਂ ਸਿੱਜਲ ਹੋ ਗਈਆਂ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੁਰਸਿੱਖੋ ਗੁਰੂ ਨਾਨਕ ਦਾ ਘਰ ਹੈ ਇਹ ਸਭ ਦਾ ਸਾਂਝਾ ਦਰਬਾਰ ਹੈ ਤੇ ਜੋ ਇੱਥੋਂ ਕੋਈ ਮੰਗੇ ਉਹਨੂੰ ਮਿਲ ਜ਼ਰੂਰ ਜਾਂਦਾ ਹੈ ਕੀ ਤੁਹਾਡੇ ਅੰਦਰ ਭਾਵਨਾ ਹੈ ਆਓ ਜਰਾ ਤੱਕੀਏ ਦੋਨੇ ਜੀ ਸਾਹਮਣੇ ਖਲੋਤੇ ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚੋਂ ਇੱਕ ਮੰਗ ਮੰਗਣ ਲੱਗੇ ਹੈ ਪਾ ਕੇ ਗਲ ਵਿੱਚ ਪੱਲਾ ਜੋੜ ਕੇ ਦੋਵੇਂ ਹੱਥ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਭਾਈ ਬਦਰ ਸਿੰਘ
ਤੇ ਉਹਦੀ ਘਰ ਵਾਲੀ ਆਲੂ ਪਿੰਡ ਲਾਹੌਰ ਦੇ ਲਾਗੋਂ ਇੱਥੋਂ ਮੰਜਲਾ ਮਾਰ ਕੇ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਆਪਣੇ ਵੱਲੋਂ ਦੋਨਾਂ ਜੀਆਂ ਨੇ ਇੱਕ ਅਰਦਾਸ ਇੰਜ ਕੀਤੀ ਹੈ
सारी संगत गज के आखो सतनाम श्री वाहिगुरु। बीबीओ तुसी भी आख्या करो, चार चीजा है साडे कोल, चार शब्द ने, चारे नारे जेडे आ साडे धर्म दे बहुत उच्चे ते सुचे। एक है सतनाम श्री, ते दूजा की आ नानक नाम चढ़दी कला तेरे भाणे, ते तीजी आ साडे कोल फतेह जेडी आपां बुलाई है, ते चौथा है साडे कोल जकारा बोले सो निहाल। ते जदों असीं गज के चढ़दी कला विच जकारा लाउने ते उदों सची मुची गुरु की कृपा हुंदी है, बख्शिश हुंदी। जरूर गज के आख्या करो सतनाम। महाराज के चरणों में खलो के दोनों जिया ने अरदास की, ध्यान ना सुनियो अरदास दो पक्षी है, दो पक्षी, एक अरदास बाहरी मुखी है ते एक अरदास अंतर मुखी है। बाहरी मुखी अरदास वो है जिहड़ी असीं बोल के करदे हां, भाई जी इत्थे सुणाउणगे, जिवें शुरुआत विच अरदास होई लास्ट विच समाप्ति दी भी अरदास होणी। उन्होंने बोल के अरदास करनी तां सानूं सारिआं नूं समझ लग जाएगी कि उन्होंने किस संबंध में अरदास की है। वह भी अरदास गुरु के पावन चरणों में प्रवान होंगी। महाराज कहते बिरथी कदे ना हो वही जन की अरदास नानक जोर गोबिंद का। एक अरदास होर है भावे को सत समुद्रां तो पारों अरदास कर दे, अरदास वह भी प्रवान होंगी है। जे कोई दूर बैठा विदेश में बैठा होया, वह जे कि मन चित बिरती एकाग्रता में लैके हरिमंदर साहब का ध्यान धर के, आनंदपुर साहब का ध्यान धर के, बाबा हजारा सिंह साहब के पवित्र दरबार का ध्यान धर के अरदास कर दे, अरदास उतों ही प्रवान हो जाती है। क्योंकि गल तो यह भी जुड़ के करनी है अंदरों, तो महाराज सच्चे पातशाह भी अरदास प्रवान करते हैं, बिन बोलिया सब किश जानदा किसे आगे कीचे अरदास। महाराज के चरणों में अरदास की, दोनों जिया ने अरदास प्रवान हो गई। महाराज सच्चे पातशाह जी एन दोनों जिया वल वेख रहे ने, ते कुछ घड़िया बाद महाराज सच्चे पातशाह के मुखार बिंद विचों एक बचन निकलिया। वह बचन केड़ा है आ मेरे ढाडी साथियों को सुनियो, मैं एक उस योधे की गाथा तुहाडे नाल सांझी कर रहा, जिहदे जन्म बारे सानू पता है, जिहदे कारनामे बारे पता, जिहदी कुरबानी बारे सानू पता है, पर सानू यह नहीं पता कि उहदा जन्म किवें किवें ते किहड़े गुरु की असीस नाल होया। यह मैं तां तुहाडे चरणां च बेनती कर रहा, कलगी वाले पातशाह महाराज ने अपने मुखार बिंद विचों आख्या। कहण लगे भाई बद्र सिंह जी, तुहाडे घर विच वाहिगुरु ने पुत्र भेजना है, ते महान योद्धा आ रहा, जरनैल आ रहा है, ते गुरु का लाल आ रहा। गज के आखो सतनाम श्री, गुरु का लाल आ रहा। मैं पिछले साल भी बेनती की थी, ते इस घर विच आके मैं रह नहीं सकता इस गल नूं कीते बिना, क्योंकि बाणी भी यह गल कहिंदी है, जिसका दिता खामना ते सकहीए, शाबाश गुरु ने कृपा की, गुरु की वडियाई करनी है ना स्टेज ते खलो ते, जे किसी महापुरख की नज़र पई होवे, हुण सारे ते नहीं हो सकते हो जे, ते जे किसी साधु की दृष्टि पै गई ते बंदे का जन्म मरण कटिया जाता, गुरु की कृपा हो जाती, पता नहीं वो जो मंगे उहदी झोली च पै जाता। जिहड़ी गल सैकटरी साहब जी ने कही है वो 101% है, बिल्कुल सच्चाई है। कई पुराने बंदे कहिंदे हुंदे 16 आने सच्ची है, 16 आने सच्ची गल है। मेरे बापू ने इत्थों आके झोली अड के मंगिया, मैं नाल ही आया सी, ते कई बंदे मेरे वल वेख के सोचणगे जां कई मैनूं कह भी दिंदे वी बाबा तेरी को बहुती ज़्यादा उम्र तो नहीं लगती, तो गल्लां वड्डियां वड्डियां, पर मैं तां दसण लगा वी मैनूं घरे ही इह दात मिली। महाराज सच्चे पातशाह ने मेरी झोली विच इह कीर्तन दी दात, ढाडी कला, कवीशरी कला बचपन तो ही महाराज सच्चे पातशाह ने मेरी झोली विच पाई, क्योंकि घर विच माहौल इहो जिहा सी। मेरे पिता जी पंथ प्रसिद्ध श्रोमणी ढाडी ज्ञानी गज्जन सिंह जी गड़गज अज भी इंग्लैंड की धरती विच बैठे है, बेटा भी उत्थे है, दोवें भरा भी उत्थे है, और गुरु दीआं बख्शिशां ने रहमतां ने मैं अपने बाप दे नाल आया ते पहली बार बाबा हजारा सिंह साहब के दर्शन किए। मैं निका जिहा सी, मैनूं पता नहीं सी भी बापू च किड्डियां करामातां, मैनूं नहीं सी पता भी इह पूरा साध बैठा है, ये संत बैठा है, पर मैं दर्शन किए। उहदे तों बाद समां ना मिलिया, फिर मैं आया लगभग 91 या 92 की गल है, इत्थे जे छोटा सीगा, ते मैं उस बापू दे आके दर्शन किए, दीदारे किए। पहली बार मैं सैकल ते चल के आया, ते गल मैं
ਇਹ ਬਹੁਤ ਸਾਰੀਆਂ ਇੰਟਰਵਿਊਜ਼ ਵਿੱਚ ਕਹੀਆਂ ਹੈ ਤੇ ਇੱਥੇ ਵੀ ਪਿਛਲੀ ਵਾਰ ਸਟੇਜ ਉੱਤੇ ਬਿਆਨ ਕੀਤਾ ਸੀਗਾ ਭਈ ਜਿਹੜੇ ਸਾਈਕਲ ਤੇ ਮੈਂ ਆਇਆ ਉਹਦਾ ਜਿਹੜਾ ਹੁੰਦਾ ਨਾ ਸਟੈਂਡ ਉਹ ਧਰਤੀ ਨਾਲ ਵੱਜਦਾ ਆ ਰਿਹਾ ਸੀ ਮੇਰੇ ਘਰੋਂ ਤੇ ਇੱਥੇ ਤੱਕ ਆਇਆ ਸਪਰਿੰਗ ਟੁੱਟਾ ਹੋਵੇਗਾ ਢਿੱਲਾ ਹੋਵੇਗਾ ਚਲੋ ਇਹਨੇ ਦੱਸਤਾ ਤੁਹਾਨੂੰ ਮਤਲਬ ਸੀ ਵੀ ਹਾਲਾਤ ਇਹੋ ਜਿਹੇ ਸੀ ਤੇ ਮੈਂ ਉਦੋਂ ਇੱਥੇ ਆਇਆ ਸਾਈਕਲ ਤੇ ਚੱਲ ਕੇ ਤੇ ਆਣ ਕੇ ਦਰਸ਼ਨ ਕੀਤੇ ਤੇ ਜਦੋਂ ਅਸਾਂ ਦਰਸ਼ਨ ਦਿਦਾਰੇ ਕਰ ਲਏ ਇੱਥੇ ਆਣ ਕੇ ਪ੍ਰੋਗਰਾਮ ਲਾਇਆ ਮੈਨੂੰ ਉਦੋਂ ਗਾਉਣ ਦਾ ਮੌਕਾ ਨਹੀਂ ਮਿਲਿਆ ਨਾਲ ਦੇ ਸਾਥੀਆਂ ਨੇ ਕਵਿਤਾ ਲਾਈਆਂ ਮੈਂ ਬਹਿ ਕੇ ਸੁਣਦਾ ਰਿਹਾ ਪਰ ਮੈਂ ਅੰਦਰੋਂ ਤਰਲੇ ਮਾਰੀ ਗਿਆ ਵੀ ਮਹਾਰਾਜ ਕਿਤੇ ਸਾਡੇ 'ਤੇ ਵੀ ਕਿਰਪਾ ਕਰ ਦਿਓ ਕਿਤੇ ਮੈਂ ਵੀ ਕੌਮ ਦਾ ਕਵੀਸ਼ਰ ਢਾਡੀ ਬਣ ਜਾਵਾਂ ਬਾਬਾ ਹਜ਼ਾਰਾ ਸਿੰਘ ਜੀ ਤੁਹਾਨੂੰ ਲੋਕ ਬ੍ਰਹਮ ਗਿਆਨੀ ਕਹਿੰਦੇ ਆ ਤੁਹਾਨੂੰ ਪੂਰਾ ਸਾਧ ਕਹਿੰਦੇ ਆ ਸੰਤ ਕਹਿੰਦੇ ਆ ਸਾਡੀ ਝੋਲੀ 'ਚ ਵੀ ਖੈਰ ਪਾ ਦਿਓ ਕੀ ਫਰਕ ਪੈਣ ਲੱਗਾ ਹੁਣ ਸਟੇਜ ਉੱਤੇ ਬੈਠੇ ਆ ਸਰਦਾਰ ਬਲਜੀਤ ਸਿੰਘ ਇਸ ਗੱਲ ਦੇ ਗਵਾਹ ਵੀ ਆ ਮਹਾਂਪੁਰਖਾਂ ਨਾਲ ਬੜੀ ਪਿਆਰੀ ਰਿਸ਼ਤੇਦਾਰੀ ਹੈ ਮੈਂ ਪਹਿਲੀ ਵਾਰੀ ਕਹਿ ਬੈਠਾ ਵੀ ਮਹਾਰਾਜ ਮੈਨੂੰ ਗੱਡੀ ਦਿਓ ਅਤੇ ਭਾਵੇਂ ਕੋਈ ਪੁਰਾਣੀ ਜੀ ਦੇ ਦਿਓ ਅਤੇ ਜੋ ਮੰਗੀ ਉਹ ਮਿਲ ਜਾਂਦਾ ਉਹ ਮੈਨੂੰ ਉਹੋ ਜਿਹੀ ਮਿਲ ਗਈ ਮੈਂ ਧੱਕੇ ਲਾਉਂਦਾ ਰਿਹਾ ਕਈ ਸਾਲ ਅਤੇ ਫਿਰ ਮੈਂ ਇੱਥੇ ਆ ਕੇ ਲਾਂਭਾ ਦਿੱਤਾ ਮੈਂ ਕਿਹਾ ਬਾਬਾ ਜੀ ਇਹ ਤਾਂ ਗੱਲ ਖਰਾਬ ਹੋ ਗਈ ਹੈ ਕਾਰ ਤਾਂ ਤੁਸੀਂ ਦੇ ਦਿੱਤੀ ਹੈ ਅਤੇ ਪਰ ਬੰਦ ਹੋ ਜਾਂਦੀ ਰਾਹ 'ਚ ਅਤੇ ਭਾਅ ਜੀ ਨੇ ਇਹ ਗੱਲ ਕਹੀ ਸੀ ਵੀ ਤੂੰ ਮੰਗਣ ਲੱਗਿਆਂ ਕਿਹਾ ਸੀ ਮਹਾਰਾਜ ਭਾਵੇਂ ਪੁਰਾਣੀ ਜੀ ਦੇ ਦਿਓ ਤਾਂ ਫਿਰ ਜਿਹੋ ਜਿਹੀ ਮੰਗੀ ਉਹੋ ਜਿਹੀ ਮਿਲ ਗਈ ਅਤੇ ਮੈਂ ਫਿਰ ਬੇਨਤੀਆਂ ਕਰਦਾ ਰਿਹਾ ਇੱਥੇ ਆਉਂਦਾ ਰਿਹਾ ਦਿਨੇ ਰਾਤ ਸੇਵਾ ਕੀਤੀ ਬੜੇ ਸਾਲ ਮੰਗਿਆ ਕਰੋ ਮਿਲਦਾ ਜ਼ਰੂਰ ਹੈ ਅਤੇ ਸੱਚੇ ਪਾਤਸ਼ਾਹ ਨੇ ਰਹਿਮਤਾਂ ਕੀਤੀਆਂ ਅੱਜ ਮੈਨੂੰ ਮਾਣ ਹੈ ਕਿ ਸਤਿਗੁਰਾਂ ਨੇ ਸਾਰੇ ਪਰਿਵਾਰ ਦੀ ਝੋਲੀ ਵਿੱਚ ਇਸ ਢਾਡੀ ਕਲਾ ਦੀ ਦਾਤ ਪਾਈ ਰਹਿਮਤਾਂ ਕੀਤੀਆਂ ਅਤੇ ਅੱਜ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਆਹ ਨਿੱਕੇ ਜਿਹੇ ਪਿੰਡ ਵਿੱਚ ਉੱਠ ਕੇ ਕਦੇ ਕਨੇਡਾ ਕਦੇ ਇੰਗਲੈਂਡ ਕਦੇ ਇਟਲੀ ਜਰਮਨ ਫਰਾਂਸ ਦੁਨੀਆਂ ਦੇ ਆਸਟ੍ਰੇਲੀਆ ਜਰਮਨ ਵਰਗੇ ਵੱਡਿਆਂ ਵੱਡਿਆਂ ਮੁਲਕਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਪਣੇ ਪਰਿਵਾਰ ਸਮੇਤ ਆਪਣੇ ਬੱਚਿਆਂ ਸਮੇਤ ਸੇਵਾ ਕਰ ਰਹੇ ਹਾਂ ਅਤੇ ਇਹ ਮੈਂ ਤਾਂ ਡੰਕੇ ਦੀ ਚੋਟ ਉੱਤੇ ਕਹਿੰਦਾ ਵੀ ਇੱਥੋਂ ਮੰਗਿਆ ਕਰੋ ਬਾਬਾ ਹਜ਼ਾਰਾ ਸਿੰਘ ਸਾਹਿਬ ਜੀ ਪੂਰੇ ਸਨ ਅਤੇ ਪੂਰੇ ਕਦੇ ਕਿਸੇ ਨੂੰ ਅਧੂਰੇ ਨਹੀਂ ਰਹਿਣ ਦਿੰਦੇ ਗੱਜ ਕੇ ਆਖੋ ਸਤਨਾਮ ਸਾਧੂ ਹੁੰਦੇ ਨੇ ਜਗ ਨਾਲ ਇਹ ਸੰਤ ਹੁੰਦੇ ਨਿਆਰੇ ਸਾਧੂ ਹੋ ਜਾਣ ਜਿਸ ਤੇ ਧਿਆਨ ਪੂਰੇ ਜੀ ਦੁੱਧ ਪੁੱਤ ਤੇ ਪਦਮਣੀ ਨਾਰ ਦਿੰਦੇ ਜੀ ਉਹ ਬਹੁਤ ਅੱਛੇ ਭਾਈ ਫੇਰ ਉਹ ਸੰਤ ਡੁੱਬਦਿਆਂ ਦੇ ਬੇੜੇ ਤਾਰ ਦਿੰਦੇ ਉਹ ਸਾਧੂ ਡੁੱਬਦਿਆਂ ਦੇ ਬੇੜੇ ਤਾਰ ਦਿੰਦੇ ਸੰਤ ਜੀ ਦੇ ਤੇ ਹੁਣ ਦਿਆਲ ਪੂਰੇ ਦੁੱਧ ਪੁੱਤ ਤੇ ਪਦਮਣੀ ਨਾਰ ਦਿੰਦੇ ਬਲੀ ਸਿੰਘਾ ਕੀ ਸ਼ੇਰ ਉਚਾਰਨੇ ਨੇ ਸਾਧੂ ਡੁੱਬਦਿਆਂ ਦੇ ਬੇੜੇ ਤਾਰ ਦਿੰਦੇ ਐਸੇ ਸਨ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਸਾਹਿਬ ਜੀ ਇੱਕ ਵਾਰ ਫਿਰ ਉੱਥੇ ਜੁੜੀਏ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਭਾਈ ਬਦਰ ਸਿੰਘ ਉਹਦੀ ਘਰਵਾਲੀ ਨੇ ਅਰਦਾਸ ਕੀਤੀ ਮਹਾਰਾਜ ਧਨ ਦੌਲਤ ਜ਼ਮੀਨ ਜਾਇਦਾਦ ਸਭ ਕੁਝ ਹੈਗਾ ਪਰ ਇਹਨਾਂ ਚੀਜ਼ਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਭਾਵ ਪੁੱਤਰ ਚਾਹੀਦਾ ਅਤੇ ਜਦੋਂ ਪੁੱਤ ਦੀ ਮੰਗ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਸੋਹਣੇ ਬਖਾਰ ਪਿੰਡ ਵਿੱਚੋਂ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਭਾਈ ਬਦਰ ਸਿੰਘ ਤੇ ਉਹਦੀ ਘਰਵਾਲੀ ਜਿਹਨਾਂ ਨੇ ਮੰਦਲਾ ਮਾਰ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਹੈ ਉਹਨਾਂ ਦੇ ਸਾਹਮਣੇ ਕੀ ਕਹਿਣ ਲੱਗੇ ਨੇ ਮਹਾਰਾਜ ਸੱਚੇ ਪਾਤਸ਼ਾਹ ਹੱਥ ਉੱਚਾ ਕਰਕੇ ਦਸਵੇਂ ਬਾਪੂ ਨੇ ਆਲਾਨੀਆ ਤੌਰ ਤੇ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਆਖਿਆ ਭਾਈ ਬਦਰ ਸਿੰਘ ਜੀ ਗੁਰੂ ਕਾ ਲਾਲ ਆ ਰਿਹਾ ਸਾਰੀ ਦੁਨੀਆਂ ਵਿੱਚ ਧਾਂਕ ਪੈ ਜਾਏਗੀ ਉਸ ਮਰਦ ਦੀ ਉਸ ਬਹਾਦਰ ਯੋਧੇ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੋਹਣੇ ਬਖਾਰ ਪਿੰਡ ਵਿੱਚੋਂ ਭਾਈ ਬਦਰ ਸਿੰਘ ਨੂੰ ਕੁਝ
इंज कही जाते ने Oh
पखंड तलवारां विच जंग दे चलावेगा, गुरबाणी बड़े ही प्रेम नाल गावेगा। और छट्टू जंग विच योधा जयकारे होवेगा गुरु का लाल जी, शोभा होवेगी जहान विच सारे। सतगुरां ने गल कह दित्ती, बचन लैके सतगुरां दे कोलों ते दोनों जिया ने वापस आके गृहस्थी जीवन हंडाया। पिंड आलू विच आ गए ते इत्थे आण के दंपति जोड़े ने सेवा सिमरन विच अपना मन जोड़िया। अकाल पुरख वाहगुरु की कृपा हुई, बख्शिश हुई, सोने पुत्र ने जन्म लिया ते जिहदा नाम मापिया ने सरदार जस्सा सिंह रखिया। एक बार गज के आखो सतनाम श्री। ये जस्सा सिंह आलू वाली दी मैं गल कर रहा, आलू पिंड तो गया सीगा। तुहाडा जन्म गुरु गोबिंद सिंह सच्चे पातशाह जी के बचना नाल होया, एवें नहीं गा कोई कौम वास्ते कुर्बानी करने वाला योधा बनता, एवें नहीं साध संगत कोई एड्डी वड्डी कुर्बानी करने वाला महान जरनैल बनता। उहदे पिछे दा इतिहास पढ़ना पवेगा कि कृपा किवें किवें होई ते किहड़े गुरु ने बचन बख्शिश किया। बाबा जतेंद्र सिंह जी गोबिंद बाग वाले उन्होंने सत्कार नाल गुरु की संगत में दर्शनदारे करने किए, आ दर्शन दते आ जी आया। स्टेज उत्ते बैठे सारे पतवंत सज्जणा ने गुरु की संगत ने सन्मान सत्कार भेजा, वाहगुरु कृपा कर। भाई मलकीत सिंह जी सुपरडेंट भैड़वाल नगर तो श्रोमणी गुरुद्वारा प्रबंधक कमेटी, उन्होंने बहुत बड़ा सत्कार प्यार दिता है, धन्यवादी हैं। आओ गल अगे लै जाइए। वैसे तो सरोपे आ गए, चिट्ठी आ गई, तो जो चिट्ठी आ जाए सरोपे आ जाण तो फिर यदा निशानी तो यो ही होंगी है भी हूँ हट जो टाइम हो गया, पर अजे होया नहीं गा। 3 बजे तक साडा टाइम एक घंटा अनाउंस किया, मैं उहदे विच रहिंदिया रहिंदिया तुहाथों किवां मंग लैणी, उहने चिर नूं जथा भी आ जाणा। जथे नूं अपील करांगे भाई हुण चाह पाणी छड्ड दिओ, जदों अखीरला टाइम होवे ना ते अखीरली फसल होवे ते टाइम नाल ही सांभ लैणे चाहीदे, मुड़ के कोई पता नहीं नेरी आ जाए कि मीह आ जाए। तो महाराज कृपा करे, स्टेज का भी यहोजा हिसाब होंदा, कई पहलां हाजरियां ला गए तो साडा तो घर है, इत्थे तो कोई गिला ही नहीं गा, इत्थे कोई उलांभा ही नहीं दे सकदे, भावें पहला टाइम दे देण भावें सब तो बाद विच जाके टाइम देण, इत्थे तो केवल हाजरी लाउण आईदा, इत्थे महाराज सच्चे पातशाह दीआं खुशियां लैण आईदा। तो मैं बेनती ये कर रहा भी उस वेले जस्सा सिंह का जन्म होया पिंड आलू विच, मापिया ने बड़े सत्कार ना बड़े प्यार नाल पालिया, पर समा अकाल पुरख वाहगुरु ने कुछ होर पाउंदा सी। बाप अकाल चलाना कर गया भाई बदर सिंह, बदर सिंह ते सदर सिंह दोवें भरा सन वड्डियां कुर्बानियां करन वाले योधे जरनैल, पर अकाल पुरख वाहगुरु की मौज चढ़ाई कर गए। बच्चा जिहड़ा है वह मां लैके ते माता सुंदर कौर जी दे कोल चले गए दिल्ली, ते दिल्ली रह के माता जी दे कोल सेवा करते रहे, कीर्तन करते रहे। जस्सा सिंह भी निका जा नाल बह के अपनी मां दे कीर्तन करता है, ते माता प्रेम कौर जी दी गोदी दा निग माणिया ते नाल नाल ही माता सुंदर कौर जी दे चरणा विच रह के सेवा करता रहा। अखीर इन्हां दा मामा जी गए, उन्होंने अपनी भैण नूं ते भणेवे नूं वापस लिया के ते करतारपुर दे लागे, गल शॉर्ट कर रहे हैं क्योंकि समा होवे ज्यादा तो फिर होर भी विस्तार किया जा सकदा। नवाब कपूर सिंह करतारपुर बैठे, उन्होंने कोल लिया के ते बच्चे नूं सामने पेश करके अरदास की, पंथ के सामने खलो के, जथेदार जी ये मेरा भांजा है, इहदा नां है सरदार जस्सा सिंह, ते जे इहनूं पंथ पाल देवे जे इहनूं पंथ संभाल लवे जे इहनूं कोई जंगी करतब सिखा दिओ ते आउण वाले समें विच वड्डा जरनैल बनेगा योधा बनेगा, कृपा करके साडे ते परपकार कर दिओ। नवाब कपूर सिंह जी ने बच्चे नूं घुट के सीने नाल आया ते अपने मुखारबिंद विचों कहण लगे भी हट पैर बड़े खुले है, जवान है, गज चौड़ी छाती है, सोहना कद काठ है, ते असीं नूं अपने कोल रखांगे ते वड्डा जरनैल बनावांगे, वड्डा जरनैल। गज के आखो सतनाम श्री। जे को पूरा कह दे योधा जरनैल भी अपने मुख विचों को वचन कह दे ना ते वह भी अरदास पूरी होंदी, अरदास होवेगी पूरी। उन्हां कोल रखिया दाणा पट्ठा घोड़िया नूं चारदे दिने रात उत्थे रहिंदे, कुछ सिंह इन्हां नूं मखौल करदे आ, इत्थों गल जिहड़ी ना हुण बदलन लगी है, कुछ सिंह इन्हां नूं मजाक करदे आ मखौल करदे आ क्योंकि दिल्ली विच रहा है ते दिल्ली विच रहण करके कदे कदे अपने वचनां विच हिंदी बोल दिया करदा सी। जिहो जिहे देश विच शहर विच बंदा रहे
ਉਹ ਜਿਹਾ ਪਹਿਰਾਵਾ ਉਹ ਜੀ ਬੋਲ ਬਾਣੀ ਜਿਹੜੀ ਆ ਬੰਦੇ ਦੇ ਅੰਦਰ ਬਦੋ ਬਦੀ ਪ੍ਰਵੇਸ਼ ਕਰ ਜਾਂਦੀ ਹੈ। ਇਹ ਦਿੱਲੀ ਵਿੱਚ ਰਹਿਣ ਕਰਕੇ ਕੁਝ ਲਫ਼ਜ਼ ਹਿੰਦੀ ਦੇ ਬੋਲਦਿਆ ਕਰਦੇ ਸਨ ਤੇ ਉਸ ਵੇਲੇ ਸਿੰਘਾਂ ਨੇ ਮਜ਼ਾਕ ਕੀਤਾ ਮਖੌਲ ਕੀਤਾ ਕਿਹਾ ਹਮਕੋ ਸਿੰਘ ਆਹ ਤੁਮਕੋ ਸਿੰਘ ਤੇ ਜਾ ਕੇ ਜੱਸਾ ਸਿੰਘ ਨੇ ਬੇਨਤੀ ਕੀਤੀ ਨਵਾਬ ਕਪੂਰ ਸਿੰਘ ਦੇ ਸਾਹਮਣੇ ਕਹਿੰਦਾ ਜਥੇਦਾਰ ਜੀ ਆ ਖਾਲਸੇ ਆ ਨਿਹੰਗ ਸਿੰਘ ਆ ਤੁਹਾਡੀਆਂ ਫੌਜਾਂ ਮੈਨੂੰ ਹਮਕੋ ਤੁਮਕੋ ਸਿੰਘ ਕਹਿੰਦੇ ਮਖੌਲ ਕਰਦੇ। ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ ਗੁੱਸਾ ਨਾ ਕਰਿਆ ਕਰ ਜੱਸਾ ਸਿੰਘਾ ਇਹ ਪੰਥ ਬੜੀ ਵੱਡੀ ਗੁਰੂ ਦੀ ਬਖਸ਼ੀ ਹੋਈ ਮਹਾਨ ਉਹ ਫੌਜ ਹੈ ਜੇ ਮੇਰੇ ਵਰਗੇ ਲੇਦਾ ਹਟਾਉਣ ਵਾਲੇ ਨੂੰ ਇਹ ਨਵਾਬ ਬਣਾ ਸਕਦੇ ਹਨ ਤੇ ਇਹਨਾਂ ਦੀ ਕਿਤੇ ਨਿਗਾਹ ਪੈ ਗਈ ਕਿਤੇ ਪੰਥ ਮਿਹਰਬਾਨ ਹੋ ਗਿਆ ਤੇ ਕੋਈ ਪਤਾ ਨਹੀਂ ਤੈਨੂੰ ਬਾਦਸ਼ਾਹ ਬਣਾ ਦੇਵੇ। ਗੱਜ ਕੇ ਆਖੋ ਸਤਨਾਮ ਸਤ ਸ੍ਰੀ ਅਕਾਲ। ਮੈਂ ਬੇਨਤੀ ਕਰਾਂਗਾ ਹੋ ਸਕਦਾ ਤੈਨੂੰ ਬਾਦਸ਼ਾਹ ਬਣਾ ਦੇਣ ਇਹ ਪੰਥ ਹੈ ਤੇ ਪੰਥ ਦੀ ਨਿਗਾਹ ਜਿਹਦੇ ਤੇ ਪੈ ਜੇ ਉਹ ਤੇ ਫਿਰ ਮਾਲਾ ਮਾਲ ਹੋ ਜਾਂਦਾ ਚੜ੍ਹਦੀ ਕਲਾ ਹੋ ਜਾਂਦੀ ਹੈ। ਜਦੋਂ ਇੰਨੀ ਗੱਲ ਆਖੀ ਜੱਸਾ ਸਿੰਘ ਨੇ ਆਖਿਆ ਠੀਕ ਹੈ ਜਥੇਦਾਰ ਜੀ ਜੋ ਤੁਸੀਂ ਕਿਹਾ ਮੈਂ ਗੁੱਸਾ ਨਹੀਂ ਕਰਦਾ। ਸਮਾਂ ਆਇਆ ਬੁੱਢਾ ਦਲ ਤੇ ਤਰਨਾ ਦਲ ਦੋਵੇਂ ਦਲ ਤਿਆਰ ਹੋਏ ਅਕਾਲ ਤਖਤ ਸਾਹਿਬ ਦੀ ਧਰਤੀ ਉੱਤੇ। ਇਸੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੂੰ ਕੌਮ ਨੇ ਇੰਨਾ ਮਾਣ ਦਿੱਤਾ ਇੰਨਾ ਸਤਿਕਾਰ ਦਿੱਤਾ ਜਿਹੜਾ ਰੁਲਦਾ ਫਿਰਦਾ ਸੀ ਜਿਹੜਾ ਵਿਚਾਰਾ ਠੋਕਰਾਂ ਖਾ ਖਾ ਕੇ ਪਲਿਆ ਜਿਹੜਾ ਪੰਥ ਦੀ ਸ਼ਰਨ ਵਿੱਚ ਆਣ ਕੇ ਸੇਵਾ ਕਰਦਾ ਘੋੜਿਆਂ ਦੀ ਲਿੱਦ ਹਟਾਉਂਦਾ ਰਿਹਾ ਦਾਣਾ ਪੱਠਾ ਪਾਉਂਦਾ ਰਿਹਾ ਅਕਾਲ ਤਖਤ ਸਾਹਿਬ ਦੀ ਧਰਤੀ ਉੱਤੇ ਪੰਥ ਨੇ ਜਕਾਰਿਆਂ ਦੀ ਗੂੰਜ ਵਿੱਚ ਉਸੇ ਸਰਦਾਰ ਜੱਸਾ ਸਿੰਘ ਨੂੰ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਕਹਿ ਕੇ ਨਵਾਜਿਆ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ। ਇਹ ਮੈਨੂੰ ਆਦਤ ਜੀ ਪੈ ਗਈ ਹੈ ਥੋੜ੍ਹੇ ਜਿਹੇ ਮਿੰਟਾਂ ਬਾਅਦ ਵੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਕਹਿੰਦਾ ਹੈ ਵੀ ਜੇ ਮੈਂ ਕਹੂੰਗਾ ਤਾਂ ਮੇਰਾ ਭਲਾ ਤੁਸੀਂ ਕਹਿ ਦੋਗੇ ਤਾਂ ਤੁਹਾਡਾ ਭਲਾ ਹੋ ਜਾਏਗਾ। ਇਹ ਜੱਸਾ ਸਿੰਘ ਦੇ ਜੀਵਨ ਉੱਤੇ ਕੇਵਲ ਇੱਕ ਪੰਛੀ ਝਾਤ ਪਾਈ ਜਾ ਸਕਦੀ ਹੈ। ਜੀਵਨ ਬੜਾ ਵਿਸ਼ਾਲ ਹੈ। ਕੌਮ ਦਾ ਜਥੇਦਾਰ ਬਣਿਆ ਸੁਲਤਾਨ ਉਲ ਕੌਮ ਸਾਰੀ ਦੁਨੀਆ ਵਿੱਚ ਸਤਿਕਾਰਿਆ ਗਿਆ ਤੇ ਗੋਇੰਦਵਾਲ ਸਾਹਿਬ ਦੇ ਪੱਤਣ ਉੱਤੇ 2200 ਬੀਬੀਆਂ ਨੂੰ ਛਡਵਾ ਕੇ ਅਬਦਾਲੀ ਕੋਲੋਂ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਇਹ ਸਰਦਾਰ ਜੱਸਾ ਸਿੰਘ ਦੀ ਕੁਰਬਾਨੀ। ਉਹਨਾਂ ਬੀਬੀਆਂ ਨੂੰ ਉਹਨਾਂ ਭੈਣਾਂ ਨੂੰ ਐਡਰੈਸ ਪੁੱਛ ਪੁੱਛ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਇਹ ਜੱਸਾ ਸਿੰਘ ਜੀ ਦੀ ਮਹਾਨ ਵੀਰਤਾ ਉਹਦਾ ਪਰ ਉਪਕਾਰ ਹੈ। ਖਾਲਸਾ ਜੀ ਬੇਨਤੀ ਕਰਾਂ ਇਹ ਉਹੀ ਸਰਦਾਰ ਜੱਸਾ ਸਿੰਘ ਆਲੂ ਵਾਲੀ ਹੈ। ਕੌਮ ਉੱਤੇ ਭੀੜ ਬਣੀ ਜਦੋਂ ਵੱਡਾ ਘੱਲੂਘਾਰਾ ਵਾਪਰਿਆ 1762 ਈਸਵੀ ਦੀ ਗੱਲ ਹੈ। ਅਹਿਮਦ ਸ਼ਾਹ ਅਬਦਾਲੀ ਨੇ ਉਹ ਮਾਲਵੇ ਦੇ ਸਾਰੇ ਇਲਾਕੇ ਵਿੱਚ ਮਲੇਰਕੋਟਲੇ ਤੋਂ ਲੈ ਕੇ ਗਹਿਲ ਕੁੱਪਰ ਹੀੜਾ ਕੁਤਬਾ ਪਿੰਡ ਬਰਨਾਲੇ ਤੱਕ ਜੰਗ ਹੁੰਦੀ ਹੈ ਤੇ ਉਸ ਜੰਗ ਵਿੱਚ ਸਾਡਾ ਇੱਕੇ ਦਿਨ ਵਿੱਚ 35,000 ਸਿੱਖਾਂ ਦਾ ਬਾਲ ਬੱਚਾ ਸ਼ਹੀਦ ਕੀਤਾ ਗਿਆ ਸੀ। ਇਹਨੂੰ ਵੱਡਾ ਘੱਲੂਘਾਰਾ ਕਹਿੰਦੇ। ਤਿੰਨ ਘੱਲੂਘਾਰੇ ਕੌਮ ਅੰਦਰ ਵਾਪਰਦੇ ਹੈ। ਇੱਕ 1762 ਈਸਵੀ ਵਿੱਚ ਹੈ, ਇੱਕ 1746 ਈਸਵੀ ਵਿੱਚ ਹੈ ਤੇ ਇੱਕ 1984 ਵਿੱਚ ਆ ਤੀਸਰਾ ਘੱਲੂਘਾਰਾ ਵਾਪਰਿਆ। ਮੇਰੇ ਤੋਂ ਬਾਅਦ ਗਿਆਨ ਚੌਧਰਪੁਰ ਵਾਲੇ ਉਹ ਸਟੇਜ ਉੱਤੇ ਆ ਗਿਆ ਜੀ ਆਇਆਂ ਕਹਿੰਦੇ ਨਾ ਪੈਸੇ ਵੀ ਮਾਇਆ ਸਤਿਕਾਰ ਭੇਜਿਆ। ਮਹਾਰਾਜ ਜੀ ਕਿਰਪਾ ਕਰਨ ਤੇ ਆਓ ਇੱਕੋ ਹੀ ਵਾਰ ਕਹਿ ਲਈਏ, ਬਹੁਤੀਆਂ ਆਪਾਂ ਵਾਰਾਂ ਕਹਿ ਕੇ ਕੋਈ ਜ਼ਿਆਦਾ ਨਹੀਂ ਹੁੰਦਾ। ਇੱਕ ਵਾਰ ਹੀ ਚੜ੍ਹਦੀ ਕਲਾ ਦੀ ਕਹਾਂਗੇ ਤੇ ਫਿਰ ਆਪਾਂ ਸਮਾਪਤ। 3 ਵਜੇ ਤੱਕ ਕੋਈ ਨਹੀਂ, 3 ਵੱਜ ਗਏ ਆ ਕਿ 15 ਮਿੰਟ ਰਹਿ ਗਏ ਆਪਣੇ। ਆਓ ਇੱਕ ਹੱਲੇ ਦੀ ਵਾਰ ਤੇ ਜਦੋਂ ਵਾਰ ਕਹੀਏ ਤੇ ਫੇਰ ਹੀ ਸਟੇਜ ਉੱਤੇ ਗੱਲ ਬਣਦੀ ਹੈ। ਢਾਡੀ ਉਹ ਹੀ ਹੁੰਦਾ ਜਿਹੜਾ ਗੱਜ ਕੇ ਵਾਰ ਸੁਣਾਵੇ। ਹੁਣ ਤੁਸੀਂ ਸੁਣ ਲਿਆ ਵੀ ਜਨਮ ਅਰਦਾਸ ਵਿੱਚ ਹੋਇਆ, ਪੰਥ ਨੇ ਮਾਣ ਦਿੱਤਾ, ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਬਣ ਗਿਆ, ਵੱਡਾ ਘੱਲੂਘਾਰਾ ਵਾਪਰਿਆ। ਉਸ ਘੱਲੂਘਾਰੇ ਵਿੱਚ 35,000 ਸਿੱਖਾਂ ਦਾ ਬਾਲ ਬੱਚਾ ਸ਼ਹੀਦ ਹੁੰਦਾ। ਜਿਹੜੇ ਇਲਾਕੇ ਦੀ ਮੈਂ ਗੱਲ ਕਰ ਰਿਹਾ ਨਾ, ਕਦੇ ਉੱਥੇ ਜਾਓ, ਕੋਈ ਐਸੀ ਵੱਟ ਨਹੀਂ, ਕੋਈ ਐਸੀ ਖਾਲ ਨਹੀਂ, ਕੋਈ ਐਸੀ ਸੜਕ ਨਹੀਂ, ਕੋਈ ਐਸਾ ਖੇਤ ਨਹੀਂ ਜਿਸ ਖੇਤ ਵਿੱਚ ਸਿੰਘਾਂ ਦੇ ਸਰੀਰ ਨਾ ਪਏ ਹੁਣ ਤੇ ਖਾਲਸੇ ਦਾ ਪਵਿੱਤਰ ਖੂਨ ਨਾ ਡੁੱਲਿਆ ਹੋਵੇ। ਜੇ ਕੋਈ ਹੋਰ ਕੌਮ ਹੁੰਦੀ ਤੇ ਏਡਾ ਵੱਡਾ ਨੁਕਸਾਨ ਜਿਸ ਕੌਮ ਦਾ ਹੋਇਆ ਹੋਵੇ ਉਹ ਕਦੇ ਦੁਬਾਰਾ ਨਾ ਉੱਠ ਸਕਦੀ, ਸੰਸਾਰ ਦੇ ਨਕਸ਼ੇ ਤੋਂ ਸਦਾ ਵਾਸਤੇ ਖਤਮ ਹੋ ਜਾਂਦੀ। ਪਰ ਇਹ ਸਿੱਖ ਕੌਮ ਹੈ, ਇਹ ਡਿੱਗ ਡਿੱਗ ਕੇ ਉੱਠਣਾ ਜਾਣਦੀ ਹੈ ਤੇ ਉੱਠ ਕੇ ਬੜੀ ਚੜ੍ਹਦੀ ਕਲਾ ਨਾਲ ਜਕਾਰਾ ਲਾ ਕੇ ਤੁਰਨਾ ਵੀ ਜਾਣਦੀ ਹੈ। ਖਾਲਸਾ ਜੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ
ते शुकर चकिया सरदार चरत सिंह अगवाई कर रहे, वहीर खालसे दा नाल है, बीबिया बाल बच्चे बिरद भाव अपने परिवारों को छड़न चले आ जयपुर जोधपुर बीकानेर दूर लैके चले सन भी राजस्थान के इलाके भी छड़ के अपने परिवार को फिर अबदाली ना टक्कर ले जाएगी। मोटी मोटी गल है 1761 विच अहमद शाह अबदाली ने पानीपत करनाल के मैदान में मरहटियां दे नाल जंग लड़ी, मरहटियां दा ऐसा लक तोड़िया वो अज तक मुड़के कौम उठ नहीं सकी, ते उनू ये चा चढ़िया सी अबदाली नू भी हुण कोई भी नहीं जिहड़ा मेरे सामने अड़े मेरे सामने खलो सके, पर उनू ये नहीं पता भई मरहटे ते मर के हट गए। आ गल ध्यान नाल सुन लियो, मरहटे मार हटे मर के हट गए, तू जिन्हां नू जित के ते अपने आप विच डींग मारदा ओह ते मर के हट गए, पर जिन्हां नाल अज मेरा पंगा पैणा वाह पैणा है ये मर के भी मैदान विचों नहीं हटे, धन धन बाबा दीप सिंह वर्गे। ये उहनां योधिआं दी कौम, सूरबीरां दी कौम है। खालसा जी इतिहास साडे सामने, बाबा दीप सिंह साहब दा सीस लै गया ते तां वी हरिमंदर साहब की आजादी तक लड़ते गए, होर इस तों वड्डा सबूत की हो सकता, बड़ियां वड्डियां कुरबानियां योधिआं दी। सरदार जस्सा सिंह आलूवालिया सुल्तान उल कौम, एक पासे वीर चल रहे उन्होंने भी बेचारे है दुश्मन के नाल भी युद्ध कर रहे सन, लड़द्या लड़द्या पिंड कुत्तबे चले गए, एक पासे छप्पड़ दे अबदाली खलोता है ते एक पासे सरदार जस्सा सिंह आलूवालिया ते सारा पंथ खालसा खलोता, नुकसान वड्डा हो गया। पर अबदाली ने यह गल छाती उत्ते हाथ मार के बड़े मान नाल गल कही सी, कहिंदा ओ सिंघो मैं एक साल इत्थे रहना, एक साल जाना नहीं गा, इत्थे ही है, ते जे तुहाडे डौलियां च ताकत होई जे तुहाडियां बाहवां विच बल होया ते एक बारी फिर आके मेरे नाल विड़ो लियो, मैदाने जंग विच आ जाओ गल कर लवांगे, मैं इत्थे ही हां, नेस तो नबूद करके जावांगा जिहड़े कहिंदे राज करेगा खालसा वो सारे खत्म कर देंगे, कोई नहीं जिंदा रहेगा। तो फिर सिंघां ने 7-7 फुट नेजे उच्चे करके गज के गल कही सी बदाली दे सामने, वो कहिंदे भी अजे भी खालसा चढ़दी कला च है, की होया जे 30-35 हज़ार सिखां दा बाल बच्चा शहीद कर लिया तो तू अपने आप नूं जित्या होया समझदा नहीं। और सुन गल कन्न खोल के अहमद शाह अबदाली, तू कहना एक साल रहना, साल तो बड़ी दूर है, खालसे दे लगे हुए शरीर उत्ते फट अजे थोड़े जे अठ लंगे पर तैनू थोड़े दिनों तक ही टक्करेगा गुरु का खालसा, ते तेरियां इहो जिहियां नासां भन के तोरांगे, मुड़ के कदे पंजाब वल आउण लग्या तेरे पुत पोतरे भी सोचिया करनगे। ये सरदार जस्सा सिंह आलूवालिया ने कहा जिहदा मैं जिक्र कर, ये खंडा कुल कौम है प्रगटियो खालसा परमात्मा की, खालसा अकाल पुरख की। सरदार जस्सा सिंह आलूवालिया ने आख्या खालसा जी भज्जिया नहीं जे गल बननी, अगे अगे तुरिया नहीं जे गल बननी, किन्ना कु चिर अबदाली पिछे पिछे चढ़िया आवेगा ते असीं अगे अगे तुरे जावांगे, आओ एक बार जंग दे मैदान विच डट के दो हथ करिए, भावें मौत है ते भावें जिंदगी है पर खालसा हुण पछाण नहीं हटेगा, मर्दां दी जिंदगी विच है, जा अगे जा पिछे जा खब्बे जा सज्जे, जा मौत जा जिंदगी जा तख्त जा तख्ता, ते तख्ते उत्ते पै जांदे है तख्तां नूं ठोकरा मार दिंदे है पर अणख ते इज्जत नूं कायम रखदे है, ये गुरु के खालसे है। आओ जंग दे मैदान विच सरदार जस्सा सिंह आलूवालिया सरदार शुकर चकिया चरत सिंह इहदे नाल दे सारे सिंघां ने प्रण कर रहे सोधे अरदासा भई पड़िया जंग दे मैदान विच गगन तो मामा बाजियो पर उन साले कहो खेत तो मांडियो सूरमा आप सूच को दाव देंगे भरी बहादुर सूरमे अब दाली ने फौजा ते आखरी हलाक इंज करी जांदा वा Oh
ਦੋਵੇਂ ਧਿਰਾਂ ਆਪੋ ਆਪਣੀ ਜਿੱਤ ਵਾਸਤੇ ਬੜੀ ਬਹਾਦਰੀ ਨਾਲ ਬੜੀ ਦਲੇਰੀ ਦੇ ਨਾਲ ਲੜ ਰਹੇ ਸਨ। ਸ਼ਹਿਰ ਕਹਿੰਦਾ ਦੋਹਾਂ ਦਲਾਂ ਦੇ ਸੂਰਮੇ ਰਣ ਅੰਦਰ ਜੁੱਟੇ, ਉੱਥੇ ਤੀਰ ਧਿਆਏ ਰੱਤ ਦੇ ਚਿੱਲਿਆਂ ਤੋਂ ਛੁੱਟੇ, ਕਈ ਹਿੱਕਾਂ ਹੋ ਗਈਆਂ ਛਾਨਣੀ, ਕਈ ਮੱਥੇ ਫੁੱਟੇ, ਉੱਥੇ ਸੀਸ ਧੜਾਂ ਤੋਂ ਉੱਡ ਗਏ, ਧੜ ਰਹਿ ਗਏ ਬੁੱਟੇ, ਗਹਿ ਗੱਜ ਤਲਵਾਰਾਂ ਚੱਲੀਆਂ, ਮਾਵਾਂ ਦੇ ਲਾਲ ਧਰਤੀ ਤੇ ਡਿੱਗੇ, ਕੋਈ ਸ਼ਹੀਦ ਹੋ ਗਏ। ਇੱਕ ਗੱਲ ਯਾਦ ਰੱਖੋ, 22 ਫੱਟ ਲੱਗੇ ਸਰਦਾਰ ਜੱਸਾ ਸਿੰਘ ਦੇ ਸਰੀਰ ਉੱਤੇ, 18 ਫੱਟ ਲੱਗੇ ਸ਼ੁਕਰ ਚੱਕੀਏ ਸਰਦਾਰ ਚੜ੍ਹਤ ਸਿੰਘ ਦੇ ਸਰੀਰ ਉੱਤੇ, ਪਰ ਫਿਰ ਵੀ ਬਹਾਦਰੀ ਨਾਲ ਲੜਦਿਆਂ ਲੜਦਿਆਂ ਗੁਰੂ ਕੇ ਖਾਲਸਾ ਕਿਸੇ ਦੇ ਸਾਹਮਣੇ ਸਿਰ ਨਹੀਂ ਝੁਕਾਉਂਦਾ, ਕਿਸੇ ਦੇ ਸਾਹਮਣੇ ਆਤਮ ਸਮਰਪਣ ਨਹੀਂ ਕਰਦਾ, ਸਗੋਂ ਚੜ੍ਹਦੀ ਕਲਾ ਦੇ ਜਕਾਰੇ ਲਾਉਂਦਿਆਂ ਖਾਲਸੇ ਨੇ ਇੱਕ ਪ੍ਰਣ ਕੀਤਾ ਸੀ, ਅਬਦਾਲੀ ਨਾਲ ਟੱਕਰਾਂਗੇ ਤੇ ਮਹੀਨੇ 7 ਨਾ ਲੰਘੇ ਤੇ ਅੰਮ੍ਰਿਤਸਰ ਦੇ ਲਾਗੇ। ਸਿੰਘਾਂ ਨੇ ਆਣ ਕੇ ਇਹੋ ਜਿਹੀਆਂ ਗੋਡੀਆਂ ਲਾਈਆਂ ਲਵਾਈਆਂ ਅਬਦਾਲੀ ਦੀਆਂ, ਇਹੋ ਜਿਹੀ ਫਿਰ ਡਾਂਗ ਫੇਰੀ, ਇਹੋ ਜਿਹਾ ਸਾਧ ਸੰਗਤ ਜ਼ੋਰ ਵਿਖਾਏ ਗੁਰੂ ਕੇ ਖਾਲਸੇ ਨੇ, ਅਬਦਾਲੀ ਨੂੰ ਇੱਥੋਂ ਫਿਰ ਕੁੱਟ ਕੇ ਐਨ ਤਸੱਲੀ ਕਰਾ ਕੇ ਭੇਜਿਆ ਸੀਗਾ। ਉਹ ਜਾਂਦਾ ਜਾਂਦਾ ਇਹ ਗੱਲ ਕਹਿ ਕੇ ਗਿਆ, ਕਹਿੰਦਾ ਖੰਡਾ ਕੁਲ ਕੌਮ, ਬਹਾਦਰਾਂ ਦੀ ਕੌਮ, ਯੋਧਿਆਂ ਦੀ ਕੌਮ, ਜੇ ਕੋ ਅੜਿਆ ਹਿੰਦੁਸਤਾਨ ਵਿੱਚ ਮੇਰੇ ਸਾਹਮਣੇ ਤੇ ਉਹ ਗੁਰੂ ਕਾ ਖਾਲਸਾ ਅੜਿਆ, ਉਹ ਇਹ ਫੌਜ ਮੇਰੇ ਸਾਹਮਣੇ ਖਲੋਤੀ, ਹੋਰ ਨਹੀਂ ਸੀ ਕੋਈ ਵੀ, ਐਸੀ ਬਗਾਨੀਆਂ ਧੀਆਂ ਨੂੰ ਛਡਾਇਆ, ਘਰੋ ਘਰੀ ਪਹੁੰਚਾਇਆ, ਸਾਰੀ ਜ਼ਿੰਦਗੀ ਕੌਮ ਵਾਸਤੇ ਲਾਈ, ਗੈਰਤ ਨਾਲ ਜਿਉਂਦੇ ਰਹੇ, ਅਣਖ ਪਿੱਛੇ ਮਰਦੇ ਰਹੇ ਤੇ ਆਪਣੇ ਸੀਸ ਵਾਰ ਕੇ ਕੌਮ ਦੀ ਆਜ਼ਾਦੀ ਵਾਸਤੇ ਅਰਦਾਸਾਂ ਕਰਦੇ ਰਹੇ। ਇਸੇ ਵਿਦਵਾਨ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦਾ ਬਰਖੁਰਦਾਰ ਜੀਨੇ ਕਾ ਸਟਾਈਲ ਮੇਰੇ ਜੈਸਾ ਰੱਖੋ, ਸਿਰ ਉਠਾ ਕਰ ਚਲੋਗੇ ਤੋ ਸਲਾਮ ਠੋਕੇਗੀ ਇਹ ਦੁਨੀਆ, ਔਰ ਸਿਰ ਝੁਕਾ ਕਰ ਚਲੋਗੇ ਤੋ ਲਾਤ ਮਾਰੇਗੀ ਇਹ ਦੁਨੀਆ। ਜੇ ਕੋ ਬੰਦਾ ਬਹੁਤਾ ਝੁੱਕ ਕੇ ਨੀਵਾਂ ਨਤਾਣਾ ਹੋ ਕੇ ਦੁਸ਼ਮਣ ਦੇ ਸਾਹਮਣੇ ਜ਼ਿੰਦਗੀ ਦੀ ਭੀਖ ਮੰਗਣ ਲੱਗ ਜਾਵੇ ਤੇ ਕਈ ਵਾਰੀ ਦੁਸ਼ਮਣ ਉੱਤੇ ਪੈਰ ਰੱਖ ਕੇ ਹੋਰ ਲਤਾੜ ਕੇ ਨੇਸ ਤੋਂ ਨਬੂਤ ਕਰਕੇ ਅੱਗੇ ਲੰਘ ਜਾਂਦਾ ਤੇ ਜੇ ਜਿਉਣਾ ਤੇ ਫਿਰ ਛਾਤੀ ਤਾਣ ਕੇ ਤੇ ਸਿਰ ਉੱਚਾ ਕਰਕੇ ਜਿਉਣ ਦੀ ਜਾਤ ਸਿੱਖੋ। ਮਰਦਾਂ ਨੇ ਇਹੀ ਸਾਰੀ ਜ਼ਿੰਦਗੀ ਸਿਖਾਇਆ ਤੇ ਚੜ੍ਹਦੀ ਕਲਾ ਵਿੱਚ ਰਹਿ ਕੇ ਕੌਮ ਲਈ ਕੁਰਬਾਨੀਆਂ ਕੀਤੀਆਂ। ਇਹਨੇ ਇੱਕ ਬਚਨ ਕਰ ਲਿਓ, ਪ੍ਰਮਾਣ ਪੂਰੇ 3 ਵੱਜ ਗਏ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ ਕੋਟਾਨ ਕੋਟ ਸ਼ੁਕਰ, ਅੰਮ੍ਰਿਤ ਛਕੋ ਸਿੰਘ ਸਜੋ ਤੇ ਚੜ੍ਹਦੀ ਕਲਾ ਵਾਲੇ ਯੋਧੇ ਬਣ ਕੇ ਗੱਜ ਕੇ ਚੜ੍ਹਦੀ ਕਲਾ ਵਿੱਚ ਫਤਿਹ ਬੁਲਾਇਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।